ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਆਪਣੀ ਵੱਖਰੀ ਪਛਾਣ ਦਾ ਸਿੱਕਾ ਮਨਵਾਉਂਦੇ ਨੇ ਲੋਹਾ ਮਨਵਾਉਂਦੇ ਨੇ ਵੱਡੇ-ਵੱਡੇ ਕਾਰਜ ਕਰਦੇ ਨੇ ਵੱਖ-ਵੱਖ ਦੇਸ਼ਾਂ ਦੇ ਵਿਕਾਸ ਕਾਰਜਾਂ ਵਿੱਚ ਬੜੀ ਮੁੱਲਾ ਯੋਗਦਾਨ ਦਿੰਦੇ ਨੇ ਸੋ ਇਸੇ ਦੇ ਚੱਲਦਿਆਂ ਆਏ ਦਿਨ ਹੀ ਅਸੀਂ ਸਿੱਖਾਂ ਨਾਲ ਰਿਲੇਟਡ ਬਹੁਤ ਸਾਰੀਆਂ ਮਾਣ ਵਾਲੀਆਂ ਖਬਰਾਂ ਸੁਣਦੇ ਰਹਿੰਦੇ ਆ ਇਸੇ ਦੇ ਚੱਲਦਿਆਂ ਹੀ ਹਰਨੇ ਯੂਰਪ ਦੇ ਵਿੱਚ ਆਸਟਰੀਆ ਪਹਿਲੀ ਕੰਟਰੀ ਬਣ ਗਿਆ ਹੈ ਜਿੱਥੇ ਸਿੱਖ ਧਰਮ ਨੂੰ ਮਾਨਤਾ ਦਿੱਤੀ ਗਈ ਹੈ ਸਿੱਖਾਂ ਵੱਲੋਂ ਕੀਤੇ ਕਾਰਜਾਂ ਨੂੰ ਮੁੱਖ ਰੱਖਦੇ ਆ ਸਿੱਖ ਕਮਿਊਨਿਟੀ ਹੁਣ ਉੱਥੇ ਰਜਿਸਟਰ ਹੈ ਸੋ ਐਸਜੀਓ ਸੰਸਥਾ ਜੇਸਵਲ ਨੂੰ ਇਸ ਸਾਰੇ ਕਾਰਜ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਗਿਆ ਉਸਦੇ ਨੁਮਾਇੰਦੇ ਸਾਡੇ ਨਾਲ ਮੌਜੂਦ ਨੇ ਸਰਦਾਰ ਗੁਰਸੇਵ ਸਿੰਘ ਜੀ ਜੀ ਸਰਵਾਹੀ ਗੁਰਜੀਕਾ ਖਾਲਸਾ ਵਾਹਿਗੁਰਜੀ ਕਿਰਪਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ ਕਿ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਜਿਵੇਂ ਅਸੀਂ ਕਹਿ ਦਿੱਤਾ ਕਿ ਸਿੱਖ ਧਰਮ ਨੂੰ ਮਾਨਤਾ ਦਿੱਤੀ ਗਈ ਹੈ ਸਿੱਖ ਕਮਿਊਨਿਟੀ ਉੱਥੇ ਰਜਿਸਟਰਡ ਹੈ ਤੇ ਇਸ ਦੇ ਕੀ ਫਾਇਦੇ ਹੋਣਗੇ ਉੱਥੋਂ ਦੇ ਸਿੱਖ ਪਾਈ ਜਾ ਰਹੇ ਨੇ ਜੀ ਜਿਵੇਂ ਕਿ ਆਪ ਜੀ ਨੇ ਕਿਹਾ ਜਿੱਦ ਤੱਕ ਇਹ ਯੂਰਪ ਦਾ ਪਹਿਲਾ ਦੇਸ਼ ਆਸਟਰੀਆ ਜਿੱਥੇ ਕਿ ਸਿੱਖ ਧਰਮ ਰਜਿਸਟਰ ਕਰਾਇਆ ਗਿਆ ਸੋ ਸਾਲ ਕੋ ਪਹਿਲਾਂ ਉੱਥੇ ਸਾਰੀ ਸੰਗਤ ਨੇ ਮਿਲ ਕੇ ਸਿੱਖ ਧਰਮ ਨੂੰ ਰਜਿਸਟਰ ਕਰਾਇਆ ਖਾਸ ਕਰਕੇ ਯੂਥ ਨੇ ਤੇ ਉਸ ਦੇ ਨਾਲ ਸਾਨੂੰ ਕਾਫੀ ਫਾਇਦੇ ਹੋਏ ਲਾਈਕ ਜਿਵੇਂ ਕਿ ਉੱਥੇ ਜਿਹੜੇ ਸਰਟੀਫਿਕੇਟ ਮਿਲਦੇ ਆ ਸਕੂਲ 'ਚ ਉੱਥੇ ਸਿੱਖ ਲਿਖਿਆ ਜਾਂਦਾ ਉੱਪਰ ਤੇ ਆਪਾਂ ਨੂੰ ਹੋਰ ਵੀ ਜਦਾਂ ਕਿ ਸਿੱਖ ਕਮਿਊਨਿਟੀ ਉਹ ਜਾਣਨ ਲੱਗੇ ਕਿ ਸਿੱਖ ਇੱਥੇ ਹੈਗੇ ਨੇ ਹੁਣ ਸਰਕਾਰ ਵੱਜੋਂ ਜਾਣਨ ਲੱਗੇ ਆਫੀਸ਼ੀਅਲੀ ਹੋ ਗਿਆ ਕਿ ਉੱਥੇ ਸਿੱਖ ਹਨ ਜੇ ਉੱਥੇ ਆਈਡੀਆ ਕਿੰਨੇ ਸਿੱਖ ਵਸੋ ਕਿੰਨੀ ਕ ਉੱਥੇ ਕਿੰਨੀ ਗਿਣਤੀ ਹੋਏਗੀ ਸਿੱਖਾਂ ਦੀ ਆਸਟਰੀਆ ਦੇ ਵਿੱਚ ਕੁਝ ਲਗਭਗ 20000 ਦੇ ਲੱਗ ਛੱਕੇ ਹੋਣਗੇ 20000 ਸਿੱਖ ਨੇ ਉੱਥੇ ਤੇ ਸਿੱਖ ਕਮਿਊਨਿਟੀ ਸਿੱਖਤਰ ਬਣਾਉਣਾ ਨੇ ਮਾਨਤਾ ਦਿੱਤੀ ਐ ਸੋ ਇੱਚੇ ਚ ਯਤਨ ਰਏ ਹੋਣਗੇ ਇਸ ਕਾਰਜ ਪਿੱਛੇ ਹਾਂਜੀ ਯਤਨ ਐਸਜੀਓ ਨੇ ਬਹੁਤ ਵੈਰੂਦੀ ਕਿਰਪਾ ਨਾਲ ਚੜਦੀ ਗਲਾਂ ਨਾਲ ਕੀਤੇ ਨੇ ਤੇ ਉੱਥੇ ਬੱਚਾਂ ਦਾ ਉੱਥੇ ਪ੍ਰਚਾਰ ਵੀ ਕਰਾਇਆ ਜਾਂਦਾ ਖਾਸ ਕਰ ਬੱਚਿਆਂ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਲੈ ਕੇ ਕਿ ਕਿਉਂਕਿ ਉਹ ਸਾਡਾ ਫਿਊਚਰ ਨੇ ਉਹਨਾਂ ਲਈ ਉੱਥੇ ਕਾਫੀ ਯਤਨ ਕੀਤੇ ਜਾਂਦੇ ਨੇ ਲਾਈਕ ਉੱਥੇ ਗੁਰਮਤ ਕੈਂਪ ਲਾਏ ਜਾਂਦੇ ਨੇ ਤੇ ਹਾਂਜੀ ਉਥੇ ਹੁਣ ਪਿੱਛੇ ਹੁਣੇ ਹੀ ਇੱਕ ਕੀਰਤਨ ਕੰਪੀਟੀਸ਼ਨ ਹੋਇਆ ਰਾਗ ਦਰਬਾਰ ਤੇ ਉਹ ਵੀ ਵਾਇਗਰੂ ਦੀ ਕਿਰਪਾ ਨਾਲ ਬਹੁਤ ਵਧੀਆ ਵਾਇਰੂਸ ਕਿਰਪਾ ਨਾਲ ਹੋ ਗਿਆ ਤੇ ਇਸੇ ਤਰ੍ਹਾਂ ਹੀ ਵਾਇਗਰੂ ਦੀ ਕਿਰਪਾ ਨਾਲ ਐਸਜੀਓ ਯੋਗਦਾਨ ਇਦਾਂ ਹੀ ਕਰਦੀ ਰਹੇਗੀ ਬੱਚਿਆਂ ਲਈ ਤੇ ਨਾਲੇ ਸਾਰੀ ਸਿੱਖ ਸੰਗਤ ਲਈ ਸਿੱਖ ਕਕਾਰ ਪਾਉਣ ਵਿੱਚ ਵੀ ਕਈ ਦੇਸ਼ਾਂ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇ ਹੁਣ ਜੇ ਐਸਟਰੀਆ ਦੇ ਵਿੱਚ ਹੁਣ ਜੇ ਮਾਨਤਾ ਦਿੱਤੀ ਗਈ ਹੈ ਤਾਂ ਕਕਾਰ ਪਾ ਕੇ ਵੀ ਫਿਰ ਉਹ ਖੁੱਲੇ ਆਮ ਵਿਚਰ ਸਕਦੇ ਹੋਣਗੇ ਸਿੱਖ ਹਾਂਜੀ ਉੱਥੇ ਆਪਾਂ ਕਾਰ ਪਾ ਸਕਦੇ ਆ ਕਿਰਪਾਨ ਜੋ ਹੈ ਉਹ ਥੱਲਿਓਂ ਦੀ ਪਉਣੀ ਬੈਂਦੀ ਹੈ ਪਰ ਪਾ ਸਕਦੇ ਆ ਆਪਾਂ ਕਿਰਪਾਨ ਸਾਡੇ ਜਿਹੜੇ ਸਵਿਧਾਨ ਹੈ ਉਹਦੇ ਵਿੱਚ ਲਿਖਿਆ ਤੇ ਉਹਨਾਂ ਨੇ ਐਕਸੈਪਟ ਕੀਤਾ ਹੈ ਇਹ ਚੀਜ਼ ਨੂੰ ਸੋ ਐਸਜੀਓ ਦਾ ਇੱਕ ਹੋਰ ਮੇਨ ਜੋ ਕੰਮ ਹੈ ਉਹ ਹੈ ਕਿ ਜੇ ਜਿਹੜੇ ਜਿਹੜੀ ਸਿੱਖੀ ਹੈ ਉਹ ਬਾਹਰ ਲੈ ਕੇ ਜਾਣੀ ਗੋਰਿਆਂ ਤੱਕ ਲੈ ਕੇ ਜਾਣੀ ਇੱਕ ਮਿਨਿਸਟਰੀ ਲੈਵਲ ਤੇ ਐਸਜੀਓ ਨੇ ਗੱਲ ਕਰਨੀ ਉਹਨਾਂ ਸਰਕਾਰ ਨਾਲ ਗੱਲ ਕਰਨੀ ਉਹ ਵੀ ਐਸਜੀਓ ਦਾ ਇੱਕ ਮੇਨ ਕੰਮ ਹੈ ਤੇ ਨਾਲੇ ਜੋ ਕਿ ਸਾਰੇ ਸਿੱਖ ਹਨ ਆਸਟਰੀਆ ਵਾਈਡ ਉਹ ਐਸਜੀਓ ਤੱਕ ਕੋਈ ਵੀ ਪ੍ਰੋਬਲਮ ਲੈ ਕੇ ਆ ਸਕਦੇ ਨੇ ਤੇ ਉਹਨਾਂ ਦੀ ਪ੍ਰੋਬਲਮ ਨੂੰ ਸੁਣਿਆ ਜਾਏਗਾ ਤੇ ਉਹ ਸੋਲਵ ਕੀਤਾ ਜਾਏਗਾ ਐਸਜੀਓ ਦੀ ਸਬ मतलब ਬੈਸਟ ਕੋਸ਼ਿਸ਼ ਲੈਂਦੀ ਹੈ ਤੇ ਆਪਾਂ ਐਸਜੀਪੀਸੀ ਤੇ ਅਕਾਲ ਤਖਤ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਭਾਈ ਗੁਰਬਖਸ਼ ਸਿੰਘ ਜੀ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹ ਸਾਡੇ ਨਾਲ ਰਹੇ ਹਨ ਜੋ ਵੀ ਆਪਾਂ ਸ਼ੁਰੂ ਤੋਂ ਕੀਤਾ ਇਹਨਾਂ ਨੇ ਸਾਨੂੰ ਪ੍ਰੋਵਾਈਡ ਵੀ ਚੀਜ਼ਾਂ ਕਰਕੇ ਦਿੱਤੀਆਂ ਹਨ ਤੇ ਸਭ ਕੁਝ ਇਹਨਾਂ ਨੇ ਬਹੁਤ ਸਾਡਾ ਸਾਥ ਦਿੱਤਾ ਹੈ ਆਪਾਂ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਸਾਡੇ ਨਾਲ ਸਰਦਾਰ ਗੁਰਬਖਸ਼ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮੌਜੂਦ ਨੇ ਜਿਨ੍ਹਾਂ ਦਾ ਇਹ ਸਾਰੇ ਕਾਰਜ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਉਹਨਾਂ ਤੋਂ ਵੀ ਜਾਣ ਕਰ ਲੈਣੇ ਆ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਮੈਂ ਲੰਮਾ ਸਮਾਂ ਆਪ ਵੀ ਆਸਟਰੀਆ ਵਿਐਨਾ ਰਿਆ ਇਸ ਕਰਕੇ ਉੱਥੇ ਲਗਭਗ ਜਿਹੜੇ ਪ੍ਰਾਣੇ ਜਿਨੀ ਸੰਗਤ ਹੈ ਉਹਨਾਂ ਨਾਲ ਮੇਰਾ ਵਧੀਆ ਰਾਬਤਾ ਰਿਆ ਤੇ ਇਹ ਜਿਹੜੇ ਬੱਚੇ ਨੇ ਇਹਨਾਂ ਨੇ ਜਦੋਂ ਇਸ ਗੱਲ ਲਈ ਅਪਰਾਲਾ ਸ਼ੁਰੂ ਕੀਤਾ ਤੇ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਅਸੀਂ ਜਿਹੜਾ ਧਰਮ ਹੈ ਰਜਿਸਟਰ ਕਰਾਉਣਾ ਉਹ ਲਈ ਸਾਨੂੰ ਜੋ ਡਾਕੂਮੈਂਟ ਚਾਹੀਦੇ ਸੀਗੇ ਚੇਚੇ ਤੌਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਤ ਵਿੱਚ ਸਿੱਖ ਧਰਮ ਦੀ ਪਰਿਭਾਸ਼ਾ ਬਾਰੇ ਜਾਂ ਸਿੱਖ ਧਰਮ ਦੇ ਕਕਾਰਾਂ ਬਾਰੇ ਸਿੱਖ ਧਰਮ ਦੇ ਸਿਧਾਂਤਾਂ ਬਾਰੇ ਉਹ ਸਾਰੀਆਂ ਗੱਲਾਂ ਸੀਗੀਆਂ ਕਿ ਜਿਹਨਾਂ ਨੂੰ ਉਹ ਪ੍ਰਵਾਰ ਜਿਹੜੀਆਂ ਪ੍ਰੋਵਾਈਡ ਕਰਾਈਆਂ ਤੇ ਇਹਨਾਂ ਨੇ ਉਹ ਡਾਕੂਮੈਂਟ ਜਿਹੜੇ ਆਪਣੇ ਨਾਲ ਲਾਏ ਤੇ ਇਹਨਾਂ ਦੇ ਇਸ ਪ੍ਰਾਲੇ ਸਦਕਾ ਮੈਂ ਸਮਝਦਾ ਕਿ ਜਿਹੜਾ ਉੱਥੇ ਸਾਡੇ ਸਿੱਖ ਹੈਗੇ ਨੇ ਕਿਉਂਕਿ ਵੈਸੇ ਤਾਂ ਆਪਾਂ ਸਾਰੇ ਕਿਰਪਾਨ ਪਾ ਸਕਦੇ ਆ ਬਟ ਜੇ ਕਿਤੇ ਉਹਨਾਂ ਦੇ ਪੁਲਿਸ ਦੇ ਇਸ ਧਿਆਨ ਚ ਨਾ ਹੋਵੇ ਕਿ ਕਿਰਪਾਨ ਕੀ ਹੈ ਤੇ ਉਹ ਕੇਵਲ ਉਹਨੂੰ ਹਥਿਆਰ ਸਮਝ ਕੇ ਕਿਸੇ ਨੂੰ ਜਿਹੜਾ ਹੈਗਾ ਉਹ ਪਿਨਿਸ਼ਮੈਂਟ ਵੀ ਦੇ ਸਕਦੀ ਸੀ ਕੋਈ ਪਰਚਾ ਵੀ ਰਜਿਸਟਰ ਕਰ ਸਕਦੀ ਸੀ ਪਰ ਇਹਨਾਂ ਦੇ ਪ੍ਰਾਲੇ ਸਦਕਾ ਇਹ ਜਿਹੜਾ ਅਸੰਭਵ ਹੋ ਸਕਿਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਅੱਜ ਇਹ ਚੇਚੇ ਤੌਰ ਤੇ ਜਹਦਰ ਸਿੰਘ ਕਲਤਕ ਸਾਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਮਿਲ ਕੇ ਆਇਆ ਤੇ ਉਹਨਾਂ ਨੂੰ ਵੀ ਆਪਣੇ ਜਿਹੜੇ ਕਾਰਜ ਦੇ ਬਾਰੇ ਹੈਗਾ ਸਾਰੀ ਜਾਣਕਾਰੀ ਦਿੱਤੀ ਆ ਤੇ ਹੁਣ ਇਹਨਾਂ ਦਾ ਜਿਹੜਾ ਉੱਥੇ ਧਰਮ ਦੇ ਵਿੱਚ ਇੱਕ ਜਿਹੜੀ ਖਾਸ ਗੱਲ ਹੈਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਬਾਰੇ ਵੀ ਜਿਹੜਾ ਗੁਰਗਾਂ ਸਾਹਿਬ ਜੀ ਦੇ ਸਰੂਪ ਹੈਗੇ ਆ ਉਹ ਕਿਸ ਤਰ੍ਹਾਂ ਨਾਲ ਰੱਖੇ ਜਾ ਸਕਦੇ ਆ ਉਸ ਬਾਰੇ ਵੀ ਕਿਉਂਕਿ ਇਹਨਾਂ ਦੀ ਕੋਸ਼ਿਸ਼ ਹੈ ਕਿ ਉਸ ਚੀਜ਼ ਨੂੰ ਵੀ ਅਸੀਂ ਕਾਨੂੰਨ ਦੇ ਦਾਇਰੇ ਚ ਲੈ ਕੇ ਆਈਏ ਕਿਉਂਕਿ ਜੇ ਕਾਨੂੰਨ ਉੱਥੇ ਵੀ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈਗੀ ਆ ਕਿਉਂਕਿ ਆਮ ਤੌਰ ਦੇ ਉੱਤੇ ਉੱਥੇ ਇਹ ਹੀ ਲਾਇਆ ਕਿ ਜਿਹੜੀ ਚੀਜ਼ ਕਿਸੇ ਕੋਲ ਆ ਉਹ ਦੀ ਪ੍ਰਾਪਰਟੀ ਹੈਗਾ ਤੇ ਇਸ ਕਰਕੇ ਇਹਨਾਂ ਨੂੰ ਸਿੰਘ ਸਾਹਿਬ ਨੇ ਇਚੇ ਤੌਰ ਦੇ ਉੱਤੇ ਅੱਜ ਕਿਹਾ ਕਿ ਤੁਸੀਂ ਇਸ ਚੀਜ਼ ਨੂੰ ਕਿ ਅਸੀਂ ਗੁਰਗ੍ਰਾਂ ਸਾਹਿਬ ਦੀ ਪ੍ਰਾਪਰਟੀ ਆ ਨਾ ਕਿ ਗੁਰਗ੍ਰਾਂ ਸਾਹਿਬ ਜਿਹੜੇ ਉਹ ਸਾਡੀ ਕਿਸੇ ਦੀ ਪਰਸਨਲ ਪ੍ਰਾਪਰਟੀ ਹੈਗੀ ਆ ਸੋ ਅੱਜ ਇਹ ਮਿਲ ਕੇ ਆਏ ਨੇ ਸਿੰਘ ਸਾਹਿਬ ਨੇ ਇਹਨਾਂ ਨੂੰ ਸਨਮਾਨ ਤੇ ਆਸ ਕਰਦੇ ਆ ਕਿ ਕਿਉਂਕਿ ਨੌਜਵਾਨ ਬਹੁਤ ਵੱਡੀ ਗਿਣਤੀ ਚ ਨੇ ਸਾਰੇ ਯੂਥ ਨੇ ਔਰ ਇਹ ਵੀ ਇਸ ਗੱਲ ਹੀ ਇਹ ਸਹਿਰਦ ਨੇ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਔਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਰਲ ਕੇ ਜਿਹੜਾ ਹੈਗਾ ਅਸੀਂ ਉੱਥੇ ਯੂਰਪ ਦੇ ਵਿੱਚ ਜਿਹੜਾ ਕੰਮ ਕਰਨਾ ਚਾਹੁੰਦੇ ਆ ਕਿਉਂਕਿ ਜੇ ਸੰਸਥਾ ਅੱਜ ਅ ਆ ਆਸਟਰੀਆ ਵਿੱਚ ਰਜਿਸਟਰਡ ਹੋਈ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੇ ਵਿਵਹਾਰ ਉਤੇ ਬਾਕੀ ਕੰਟਰੀਆਂ ਵਿੱਚ ਵੀ ਜਿਹੜਾ ਹੈਗਾ ਮੈਂ ਸਮਝਦਾ ਕਿ ਉਹਨਾਂ ਨੂੰ ਬਹੁਤ ਵੱਡੀ ਜਿਹੜੀ ਇਸ ਵਿੱਚ ਉਹਨਾਂ ਨੂੰ ਰਿਲੈਕਸੇਸ਼ਨ ਮਿਲ ਸਕਦੀ ਹੈ ਕਿ ਉਹਨਾਂ ਨੂੰ ਵੀ ਸਹੂਲਤ ਮਿਲ ਸਕਦੀ ਹੈ ਗਿਆ ਵਾਈਕੁਲਜੀਕਰਤ ਸਾਹਿਬ ਵਾਈਕੁਲਜੀਕਰਤ